ਹੈਲਥ ਪਲੱਸ ਪ੍ਰੋਗਰਾਮ 'ਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਸ਼੍ਰੀ ਗੁਰੂ ਅਰਜਨ ਦੇਵ ਚੈਰੀਟੇਬਲ ਕੈਂਸਰ ਹਸਪਤਾਲ ਤਰਨ ਤਾਰਨ। ਇੱਥੇ ਬੱਚੇਦਾਨੀ ਦਾ ਕੈਂਸਰ, ਲਿਵਰ ਦਾ ਕੈਂਸਰ, ਦਿਮਾਗ ਦਾ ਕੈਂਸਰ, ਹੱਡੀਆਂ ਦਾ ਕੈਂਸਰ, ਮੂੰਹ ਦਾ ਕੈਂਸਰ, ਗਲੇ ਦਾ ਕੈਂਸਰ ਅਤੇ ਬਲੱਡ ਕੈਂਸਰ ਦਾ ਇਲਾਜ ਬਿਨਾਂ ਆਪਰੇਸ਼ਨ ਦੇ ਕੀਤਾ ਜਾਂਦਾ ਹੈ। ਆਰਥਿਕ ਪੱਖੋਂ ਕਮਜ਼ੋਰ ਲੋਕਾਂ ਵਾਸਤੇ ਫ੍ਰੀ ਇਲਾਜ ਕੀਤਾ ਜਾਂਦਾ ਹੈ। ਸਾਡੀ ਟੀਮ ਨੇ ਇੱਥੇ ਡਾਕਟਰ ਸਾਹਿਬ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਸਾਨੂੰ ਸ਼੍ਰੀ ਗੁਰੂ ਅਰਜਨ ਦੇਵ ਚੈਰੀਟੇਬਲ ਕੈਂਸਰ ਹਸਪਤਾਲ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ। ਦਰਸ਼ਕੋ, ਪੰਜਾਬ ਪਲੱਸ ਚੈਨਲ 'ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਸ਼੍ਰੀ ਗੁਰੂ ਅਰਜਨ ਦੇਵ ਚੈਰੀਟੇਬਲ ਕੈਂਸਰ ਹੋਸਪਿਟਲ, ਜਿਹੜਾ ਕਿ ਸੇਵਾ ਦੇ ਰਿਹਾ ਹੈਗਾ ਪਿਛਲੇ ਲੰਬੇ ਸਮੇਂ ਤੋਂ ਤਰਨ ਤਾਰਨ ਵਿਖੇ, ਔਰ ਗੱਲ ਕਰ ਰਹੇ ਡਾਕਟਰ ਡਿੰਪਲ ਜੀ ਦੇ ਨਾਲ, ਜਿਹੜੇ ਇੱਥੇ ਸੇਵਾ ਨਿਭਾ ਰਹੇ ਨੇ ਨਾਲ ਡਾਕਟਰ ਸਾਹਿਬ ਦੇ। ਮੈਡਮ, ਕੀ ਕਹਿਣਾ ਚਾਹੋਗੇ ਕਿ ਇੱਕ ਟੀਮ ਆਫ ਡਾਕਟਰਸ ਹੈਗੀ ਆ, ਇੱਕ ਸੁਸਾਇਟੀ ਹੈਗੀ ਆ ਜਿਹਦੇ ਤਹਿਤ ਤੁਸੀਂ ਵੀ ਸੇਵਾ ਕਰ ਰਹੇ ਹੋ, ਔਰ ਸਾਰੇ ਡਾਕਟਰਸ ਮਿਲ ਕੇ ਇੱਕ ਚੈਰੀਟੇਬਲ ਸੰਸਥਾ ਦੀ ਤਰ੍ਹਾਂ ਹੀ ਸੇਵਾ ਜਿਹੜੀ ਹੈਗੀ ਆ ਬਹੁਤ ਜਗ੍ਹਾ ਦੇ ਉੱਤੇ ਕੈਂਪ ਲਗਾ ਕੇ ਲੋਕਾਂ ਨੂੰ ਸਹੂਲਤਾਂ ਦੇਣ ਦਾ, ਮਤਲਬ ਉਹਨਾਂ ਦਾ ਮਾਇੰਡ ਇਹ ਹੈ ਕਿ ਅਸੀਂ ਲੋਕਾਂ ਨੂੰ ਇੱਕ ਨਵੀਂ ਜ਼ਿੰਦਗੀ ਦਈਏ, ਕੀ ਕਹਿਣਾ ਚਾਹੋਗੇ? ਬਸ ਸਾਡਾ ਇੱਕ ਮਿਸ਼ਨ ਹੈ, ਇੱਕ ਸੰਸਥਾ ਹੈ ਸਾਡੀ, ਆਹੀ ਹੈ ਸਾਡਾ ਟਾਰਗੇਟ ਕਿ ਜੋ ਗਰੀਬ ਹੈ, ਜੋ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੈਗਾ, ਕੋਈ ਹੈਂਡੀਕੈਪ ਹੈ, ਕੋਈ ਲਵਾਰਸ ਹੈ ਜਾਂ ਕੋਈ ਵੀ ਹੈ, ਅਸੀਂ ਉਹਨੂੰ ਫ੍ਰੀ ਇਹਦਾ ਇਲਾਜ ਕਰੀਏ ਔਰ ਉਹਨੂੰ ਫ੍ਰੀ ਟ੍ਰੀਟਮੈਂਟ ਸਾਡੀ ਸੰਸਥਾ ਵੱਲੋਂ ਜੋ ਹੈ ਉਹ ਸਾਰਾ ਪ੍ਰੋਵਾਈਡ ਕੀਤਾ ਜਾਵੇ, ਔਰ ਉਸਦੀ ਜੋ ਸੇਵਾ ਹੈ ਉਹ ਸਾਨੂੰ ਪਰਮਾਤਮਾ ਵੱਲੋਂ ਹੀ ਬਲ ਦਿੱਤਾ ਹੈ ਕਿ ਅਸੀਂ ਉਹਦੀ ਸੇਵਾ ਕਰੀਏ ਔਰ ਉਹਨਾਂ ਨੂੰ ਬਿਲਕੁਲ ਠੀਕ ਕਰੀਏ। ਇਹੀ ਸੰਸਥਾ ਦਾ ਸਾਡੀ ਦਾ ਇੱਕ ਮਿਸ਼ਨ ਹੈ। ਮੈਡਮ, ਇਹ ਸੰਸਥਾ ਜਿਹੜੀ ਜਿੱਥੇ ਕਰੋਨਿਕ ਤੋਂ ਕਰੋਨਿਕ ਪੇਸ਼ੈਂਟ ਆ ਜਿਹੜੇ ਉਹ ਵੀ ਇੱਕ ਨਵੀਂ ਜ਼ਿੰਦਗੀ ਲੈ ਕੇ ਜਾਂਦੇ ਆ, ਕਿਉਂਕਿ ਇਕੱਲਾ ਚੈਰੀਟੇਬਲ ਹੀ ਨਹੀਂ, ਉਹਦੇ ਨਾਲ ਨਾਲ ਸੇਵਾ, ਜਿਹੜੇ ਲੋਕ ਬਹੁਤ ਗ੍ਰਸਤ ਹੁੰਦੇ ਹੈਗੇ ਕਰੋਨਿਕ ਬਿਮਾਰੀਆਂ ਤੋਂ, ਉਹਨਾਂ ਨੂੰ ਵੀ ਇੱਕ ਨਵੀਂ ਜ਼ਿੰਦਗੀ ਇੱਥੇ ਮਿਲਦੀ ਹੈ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਬਿਲਕੁਲ ਜੀ, ਜੋ ਇੱਥੇ ਕੋਈ ਐਡ ਦੇਖ ਕੇ ਆਉਂਦਾ ਹੈ ਜਾਂ ਕਿਸੇ ਨੂੰ ਕੋਈ ਸਾਡੇ ਹੋਸਪਿਟਲ ਬਾਰੇ ਪਤਾ ਚੱਲ ਜਾਏ, ਉਹ ਆਉਂਦੇ ਨੇ। ਉਹ ਇੱਦਾਂ ਆਉਂਦੇ ਨੇ ਕਿ ਉਹ ਕਹਿੰਦੇ ਕਿ ਸਾਡੇ ਕੋਲ ਕੋਈ ਹੈ ਹੀ ਨਹੀਂ ਹੈ ਆਮਦਨੀ ਦਾ, ਨਹੀਂ ਜਾਂ ਵੱਡੇ ਵੱਡੇ ਹੋਸਪਿਟਲਾਂ ਦੇ ਵਿੱਚ ਉਹ ਆਪਣੇ ਘਰ ਤੱਕ ਵੇਚ ਚੁੱਕੇ ਹੋਏ ਆ, ਪਰ ਉਹਨਾਂ ਦਾ ਜੋ ਮਰੀਜ਼ ਹੈ ਉਹ ਨਹੀਂ ਬਚਦਾ। ਜੋ ਸਾਡੇ ਕੋਲ ਆ ਜਾਂਦਾ ਹੈ ਅਸੀਂ ਤਾਂ ਉਹਨੂੰ ਸਿਰਫ ਇਹੀ ਕਹਿੰਦੇ ਕਿ ਉਹ ਰੱਬ ਦਾ ਰੂਪ ਹੀ ਹੈ, ਔਰ ਉਹੀ ਜੋ ਸਾਡੇ ਤੋਂ ਪ੍ਰੋਵਾਈਡ ਕੀਤਾ ਜਾਂਦਾ ਹੈ ਉਹਨੀ ਹਰ ਤਰ੍ਹਾਂ ਦੀ ਅਸੀਂ ਆਪਣੀ ਸੰਸਥਾ ਵੱਲੋਂ ਉਹਨਾਂ ਦੀ ਹੈਲਪ ਕਰਦੇ ਹਾਂ, ਔਰ ਇਹੀ ਗੁਜ਼ਾਰਿਸ਼ ਕਰਦੇ ਹਾਂ ਕਿ ਉਹ ਪਰਮਾਤਮਾ ਕਰੇ ਉਹ ਜਲਦੀ ਤੋਂ ਜਲਦੀ ਠੀਕ ਹੋਵੇ। ਮੈਡਮ, ਇਹ ਪਲਾਂਟ ਬੇਸਡ ਥੈਰੇਪੀ ਆ ਜਿਹਦੇ ਵਿੱਚ ਕੋਈ ਨੋਨ ਵੈਜ ਨਹੀਂ ਹੈ, ਕੋਈ ਅਲਕੋਹਲ ਨਹੀਂ ਹੈ, ਕੀ ਕਹਿਣਾ ਚਾਹੋਗੇ ਕਿ ਬਿਲਕੁਲ ਸੇਫ ਪੈਥੀ ਆ ਜਿਹਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੈ? ਜੀ, ਇਸ ਮੈਡੀਸਨ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈਗਾ। ਇਹ ਇੱਕ ਨੈਚੁਰਲੀ ਪੈਥੀ ਹੈ ਜੋ ਪਲਾਂਟਸ ਤੋਂ, ਜੋ ਰੂਟਸ ਤੋਂ, ਜੋ ਮਤਲਬ ਕਿ ਆਮ ਨੈਚੁਰਲੀ ਤੋਂ ਹੀ ਤਿਆਰ ਕੀਤੀ ਜਾਂਦੀ ਹੈ, ਔਰ ਇਹਦਾ ਇੱਕ ਛੋਟਾ ਬੱਚਾ ਵੀ ਅਗਰ ਸਾਰੀ ਡ੍ਰੌਪਸ ਲੈ ਲੈਂਦਾ ਹੈ ਤਦ ਵੀ ਇਹਦਾ ਸਾਈਡ ਇਫੈਕਟ ਜ਼ੀਰੋ ਹੈ। ਮੈਡਮ, ਜਿੱਦਾਂ ਤੁਸੀਂ ਇੱਥੇ ਸੇਵਾ ਕਰ ਰਹੇ ਹੋ, ਔਰ PCOD ਜਿਹਦਾ ਕਿ ਬਹੁਤ ਵੱਡਾ ਰੁਝਾਨ ਹੈਗਾ ਅੱਜ ਕੱਲ੍ਹ, ਲੜਕੀਆਂ ਜਿਹੜੀਆਂ ਹੈਗੀਆਂ PCOD ਨਾਲ ਜ਼ਿਆਦਾ ਗ੍ਰਸਤ ਹੋ ਰਹੀਆਂ ਨੇ, ਔਰ ਉਹਦਾ ਇਲਾਜ ਵੀ ਜਿਹੜਾ ਹੈਗਾ ਇਹਦੇ ਵਿੱਚ ਸੰਭਵ ਹੈਗਾ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਇਹ ਜਿਹੜੀ ਪੈਥੀ ਹੈ ਇੱਕ ਨੈਚੁਰਲੀ ਪੈਥੀ ਹੈ, ਇਹਦੇ ਵਿੱਚ ਹਰ ਇੱਕ ਤਰ੍ਹਾਂ ਦੀ ਪ੍ਰੋਬਲਮ ਜੋ ਸੋਲਿਊਸ਼ਨ ਉਹਦਾ ਇੱਥੇ ਹੱਲ ਹੁੰਦਾ ਵਾ, ਚਾਹੇ ਉਹ ਛੋਟੀ ਤੋਂ ਛੋਟੀ ਹੋਵੇ, ਚਾਹੇ ਉਹ ਵੱਡੀ ਤੋਂ ਵੱਡੀ ਹੋਵੇ। ਆਮ ਦੀ ਅੱਜ ਕੱਲ੍ਹ ਦੇ ਵਿੱਚ ਜਿੱਦਾਂ ਸਾਡਾ ਰਹਿਣ ਸਹਿਣ ਹੈ, ਜੋ ਮਾਹੌਲ ਹੈ, ਉਹਦੇ ਵਿੱਚ ਇਹ ਸਾਰੀਆਂ ਬਹੁਤ ਸਾਰੀ ਪ੍ਰੋਬਲਮਸ ਆ ਰਹੀਆਂ ਹੋਈਆਂ ਨੇ, ਪਰ ਇਹ ਪੈਥੀ ਜੋ ਹੈ ਹਰ ਇੱਕ ਨੂੰ ਬਿਨਾਂ ਕੱਟਵੜ ਤੋਂ, ਬਿਨਾਂ ਚੀਰਫਾੜ ਤੋਂ ਇਹ ਪੈਥੀ ਦੇ ਨਾਲ ਉਹਨਾਂ ਦਾ ਇਲਾਜ ਕੀਤਾ ਜਾਂਦਾ ਹੈ। PCOD ਦਾ ਮਤਲਬ ਇਲਾਜ ਇੱਥੇ ਹੈਗਾ? ਮਤਲਬ ਬਿਲਕੁਲ ਬਿਲਕੁਲ ਜੀ, ਬਿਲਕੁਲ ਹੈਗਾ। ਅੰਡਰਸਾ, ਸ਼ੂਗਰ ਦੀ ਗੱਲ ਕਰ ਲਈਏ, ਥਾਇਰਾਇਡ ਦੀ ਗੱਲ ਕਰ ਲਈਏ, ਔਰ ਸਕਿਨ ਦੀਆਂ ਬਿਮਾਰੀਆਂ ਦੀ ਗੱਲ ਕਰ ਲਈਏ, ਤਾਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਥਾਇਰਾਇਡ ਦੇਖੋ, ਆਮ ਹੀ ਅੱਜ ਕੱਲ੍ਹ ਹਰ ਇੱਕ ਨੂੰ 80% ਲੋਕ ਇਹੋ ਜਿਹੇ ਆ ਜਿਨ੍ਹਾਂ ਨੂੰ ਅੱਜ ਕੱਲ੍ਹ ਥਾਇਰਾਇਡ ਹੋ ਰੱਖਾ ਹੈ। ਥਾਇਰਾਇਡ ਵੀ ਇੱਕ, ਅਸੀਂ ਇਹੋ ਜਿਹੀ ਇੱਕ ਮੈਡੀਸਨ ਤਿਆਰ ਕੀਤੀ ਹੋਈ ਆ ਜਿਹਦੇ ਨਾਲ 6 ਮਹੀਨੇ ਦੇ ਵਿੱਚ ਹੀ ਪੇਸ਼ੈਂਟ ਬਿਲਕੁਲ ਠੀਕ ਹੋ ਜਾਂਦਾ ਵਾ। ਕੋਈ ਵੀ ਹੋਵੇ, ਥਾਇਰਾਇਡ ਹੋਵੇ, ਓਬੈਸਿਟੀ ਹੋਵੇ, ਕੈਂਸਰ ਦੀ ਪ੍ਰੋਬਲਮ ਹੋਵੇ, ਜਾਂ ਛੋਟੀਆਂ ਜਾਂ ਲੀਵਰ ਨਾਲ ਕੋਈ ਵੀ ਰਿਲੇਟਡ ਹੋਵੇ, ਮਤਲਬ ਹਰ ਇੱਕ ਬਿਮਾਰੀ ਦਾ ਇਲਾਜ 100% ਹੈ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਕਿ ਅੱਜ ਦਾ ਜਿਹੜਾ ਦੌੜ ਧੁੱਪ ਦੀ ਦੁਨੀਆ ਜਿਹਦੇ ਵਿੱਚ
ਲੋਕਾਂ ਨੂੰ ਅੱਜ ਇਸ ਪੈਥੀ ਨਾਲ ਜੁੜਨਾ ਚਾਹੀਦਾ ਔਰ ਨਵੀਂ ਸਰਕਾਰ ਆ ਚੁੱਕੀ ਹੈ ਔਰ ਮੈਨੂੰ ਲੱਗਦਾ ਕਿ ਮਾਨਤਾ ਵੀ ਜਲਦੀ ਜਲਦੀ ਇਹਨੂੰ ਮਿਲ ਜਾਣੀ ਹੈ। ਬਿਲਕੁਲ, ਕਾਫੀ ਸੰਘਰਸ਼ ਚੱਲ ਰਿਹਾ ਹੈ ਇਸ ਨੂੰ ਮਾਨਤਾ ਪ੍ਰਾਪਤ ਕਰਨ ਦੇ ਵਿੱਚ। ਕਾਫੀ ਸਾਰੇ ਹੋਸਪਿਟਲਜ਼ ਹੈ ਜੋ ਬੈਠੇ ਹੋਏ ਨੇ ਇੱਥੇ ਕਿ ਇਸ ਪੈਥੀ ਨੂੰ ਵੱਧ ਤੋਂ ਵੱਧ ਅੱਗੇ ਲੈ ਕੇ ਜਾਇਆ ਜਾਵੇ। ਮੋਸਟਲੀ ਲੋਕਾਂ ਨੂੰ ਇਸ ਪੈਥੀ ਬਾਰੇ ਨਹੀਂ ਪਤਾ, ਲੇਕਿਨ ਕਾਫੀ ਲੋਕ ਹੈ ਜਿਨ੍ਹਾਂ ਨੂੰ ਹੁਣ ਜਾਗਰੂਕ ਹੋ ਚੁੱਕੇ ਆ, ਜਿਨ੍ਹਾਂ ਨੂੰ ਇਸ ਪੈਥੀ ਬਾਰੇ ਪਤਾ ਚੱਲ ਚੁੱਕਾ ਹੈ ਕਿ ਇਹ ਇੱਕ ਇਹੋ ਜਿਹੀ ਪੈਥੀ ਹੈ ਜਿਹਦੇ ਨਾਲ ਜੋ ਵੀ ਹੈ ਇਲਾਜ ਆਪਣਾ ਬਿਲਕੁਲ ਵਧੀਆ ਤਰੀਕੇ ਨਾਲ ਕੀਤਾ ਜਾ ਸਕਦਾ ਹੈ। ਮੈਡਮ ਕੀ ਕਹਿਣਾ ਚਾਹੋਗੇ ਕਿ ਰਾਜਸਥਾਨ 'ਚ ਤਾਂ ਜਿੱਦਾਂ ਇਹਨੂੰ ਮਾਨਤਾ ਮਿਲ ਚੁੱਕੀ ਹੈਗੀ ਆ ਔਰ ਹੋਰ ਵੀ ਕਈ ਸੂਬਿਆਂ ਦੇ ਵਿੱਚ ਜਿਹੜਾ ਹੈਗਾ ਇਹਨੂੰ ਮਾਨਤਾ ਮਿਲ ਚੁੱਕੀ ਹੈ ਔਰ ਬਾਕੀ ਸੂਬਿਆਂ ਦੇ ਵਿੱਚ ਮਿਲਣ ਨੂੰ ਹੈ ਔਰ ਪੰਜਾਬ ਦੇ ਵਿੱਚ ਕਿਉਂਕਿ ਭਗਵੰਤ ਮਾਨ ਜੀ ਜਿਹੜੇ ਹੈਗੇ ਆ ਉਹ ਇੱਕ ਇਮਾਨਦਾਰ ਇਨਸਾਨ ਨੇ, ਉਹਨਾਂ ਨੇ ਹਮੇਸ਼ਾ ਲੋਕਾਂ ਦਾ ਜਿਹੜਾ ਹੈਗਾ ਭਲਾ ਕੀਤਾ। ਹਾਂਜੀ ਬਿਲਕੁਲ, ਅਸੀਂ ਵੀ ਆਪਣੀ ਸਰਕਾਰ ਨੂੰ ਇਹੀ ਗੁਜ਼ਾਰਿਸ਼ ਕਰਦੇ ਹਾਂ ਕਿ ਇਸ ਪੰਜਾਬ ਦੇ ਵਿੱਚ ਜਿੰਨੇ ਵੀ ਹੋਸਪਿਟਲਸ ਹੈ ਇਲੈਕਟ੍ਰੋ ਹੋਮੋਪੈਥਿਕ ਦੇ, ਉਹਨਾਂ ਨੂੰ ਵੀ ਮਾਨਤਾ ਦਿੱਤੀ ਜਾਵੇ, ਕਿਉਂਕਿ ਇੱਕ ਰਾਜਸਥਾਨ ਹੀ ਇਹੋ ਜਿਹਾ ਸ਼ਹਿਰ ਹੈ ਜਿੱਥੇ ਇਸ ਨੂੰ ਮਾਨਤਾ ਮਿਲੀ ਹੋਈ ਹੈ। ਬਾਕੀ ਕੁਝ ਕੰਟਰੀਜ਼ ਵੀ ਹੈ ਜਿੱਥੇ ਫੋਰਨ ਦੇ ਵਿੱਚ ਵੀ ਇਹਦਾ ਟ੍ਰੀਟਮੈਂਟ ਬੜਾ ਅੱਛਾ ਚੱਲਦਾ ਹੈ, ਕਾਫੀ ਲੋਕਾਂ ਨੂੰ ਪਤਾ ਹੈ, ਲੇਕਿਨ ਇੱਕ ਪੰਜਾਬ ਹੈ ਜਾਂ ਹੋਰ ਸੂਬੇ ਆ ਜਿਨ੍ਹਾਂ ਦੇ ਵਿੱਚ ਇਹਨਾਂ ਨੂੰ ਮਾਨਤਾ ਨਹੀਂ ਮਿਲੀ ਹੋਈ। ਪਰ ਕਾਫੀ ਸੰਘਰਸ਼ ਚੱਲ ਰਿਹਾ ਹੈ, ਹੋ ਸਕਦਾ ਆਉਣ ਵਾਲੀ ਸਰਕਾਰ ਕੁਝ ਟਾਈਮ ਦੇ ਵਿੱਚ ਇਸ ਨੂੰ ਵੀ ਮਾਨਤਾ ਦੇ ਦਿੱਤੀ ਜਾਵੇ। ਡਾਕਟਰ ਸਾਹਿਬ, ਸਪੈਸ਼ਲ ਰੂਪ 'ਚ ਕੈਂਸਰ ਦਾ ਹੋਸਪਿਟਲ ਹੈ, ਕੀ ਕਹਿਣਾ ਚਾਹੋਗੇ ਕਿ ਕੈਂਸਰ ਜੀ ਤੋਂ ਤੋਂ ਬੰਦਾ ਬਹੁਤ ਅੱਕਿਆ ਹੁੰਦਾ ਔਰ ਉਹਨੂੰ ਲੱਗਦਾ ਕਿ ਇਹਦੇ 'ਚ ਸਾਨੂੰ ਕੀਮੋਥੈਰੇਪੀ ਲੈਣੀ ਪਊਗੀ, ਅਗਰ ਉਹ ਪਹਿਲੀਆਂ ਸਟੇਜਾਂ 'ਚ ਹੀ ਆ ਜਾਣ, ਪਹਿਲੀ ਜਾਂ ਦੂਜੀ ਸਟੇਜ 'ਚ, ਤਾਂ ਫਿਰ ਤਾਂ ਤਕਰੀਬਨ ਇਲਾਜ ਪੂਰੇ ਸੰਭਵ ਹੈ, ਔਰ ਅਗਰ ਲਾਸਟ ਸਟੇਜਾਂ 'ਚ ਵੀ ਆ ਜਾਂਦੇ ਤਾਂ ਵੀ ਥੋੜ੍ਹਾ ਜਿਹਾ ਮਤਲਬ ਟਾਈਮ ਪੀਰੀਅਡ ਵਧਾਉਣਾ ਜਾਂ ਉਹਨੂੰ ਮਤਲਬ ਕਈਆਂ ਤਾਂ ਕਈ ਦਾ ਵਿੱਚ ਜੀਵਨਦਾਨ ਵੀ ਲੈ ਜਾਂਦੇ ਆ ਜੀ। ਜਿੱਦਾਂ ਹੁਣ ਮੋਸਟਲੀ ਪੇਸ਼ੈਂਟ ਇੱਕਦਮ ਜਿਸ ਨੂੰ ਪਤਾ ਚੱਲਦਾ ਹੈ ਕਿ ਸਾਨੂੰ ਆਹ ਵਾਲੀ ਪ੍ਰੋਬਲਮ ਆ ਗਈ ਹੋਈ ਹੈ, ਉਹ ਡਾਇਰੈਕਟ ਆਉਂਦੇ ਹੈ, ਕੋਈ ਕੀਮੋਥੈਰੇਪੀ ਨਹੀਂ ਕਰਾਉਂਦੇ, ਕੋਈ ਆਪਣਾ ਟ੍ਰੀਟਮੈਂਟ ਨਹੀਂ ਕਰਵਾਉਂਦੇ, ਉਹ ਪੇਸ਼ੈਂਟ ਤਾਂ 2-4 ਮਹੀਨੇ ਦੇ ਵਿੱਚ ਹੀ ਠੀਕ ਹੋ ਜਾਂਦੇ ਨੇ। ਬਟ ਜਿਹੜੇ ਆਪਣੇ ਚੀਰ ਫਾੜ ਕਰਵਾ ਕੇ ਆਉਂਦੇ, ਕਿਸੇ ਨੇ ਓਪਰੇਟ ਕਰਵਾਇਆ ਹੈ, ਕੀਮੋ 30-30 ਕੀਮੋਜ਼ ਲਗਵਾਈਆਂ ਹੋਈਆਂ ਹੈ, ਉਹਨਾਂ ਦਾ ਟ੍ਰੀਟਮੈਂਟ ਥੋੜ੍ਹਾ ਲੰਬਾ ਚੱਲਦਾ ਹੈ। ਵੈਸੇ ਮੋਸਟਲੀ 1 ਸਾਲ ਦਾ ਸਾਰਾ ਟ੍ਰੀਟਮੈਂਟ ਹੁੰਦਾ ਹੈ, ਬਟ ਅਗਰ ਪੇਸ਼ੈਂਟ ਫਰੈਸ਼ ਹੈ ਤਾਂ ਫਿਰ 2-4 ਮਹੀਨੇ ਦੇ ਵਿੱਚ ਹੀ ਉਹਦੀ ਰਿਕਵਰੀ ਬਿਲਕੁਲ ਠੀਕ ਹੋ ਜਾਂਦੀ ਹੈ। ਤੁਸੀਂ ਕੀ ਕਹਿਣਾ ਚਾਹੋਗੇ ਕਿ ਇਹ ਡਾਕਟਰਾਂ ਦੀ ਟੀਮ ਹੈਗੀ ਆ ਜਿਹਦੇ ਵਿੱਚ ਸੇਵਾ ਹੋ ਰਹੀ ਹੈਗੀ ਆ, ਕਾਫੀ ਡਾਕਟਰਸ ਇੰਟੈਂਗਲ ਨੇ ਇਹਦੇ ਵਿੱਚ ਔਰ ਸਾਰਿਆਂ ਦਾ ਦਿਮਾਗ ਲੱਗਦਾ, ਕੋਈ ਕਰੋਨਿਕ ਕੇਸ ਆਉਂਦਾ ਤਾਂ ਸਾਰਿਆਂ ਨੇ ਡਿਸਕਸ ਕਰਦੇ ਆਪਸ 'ਚ? ਬਿਲਕੁਲ ਸਰ, ਕੋਈ ਇਹੋ ਜਿਹਾ ਐਮਰਜੈਂਸੀ ਕੇਸ ਆਉਂਦਾ ਹੈ ਤਾਂ ਫਿਰ ਸਾਡੀ ਜੋ ਟੀਮ ਹੈ, ਜੋ ਸਾਡੇ MD ਸਾਹਿਬ ਹੈ, ਅਸੀਂ ਉਹਨਾਂ ਨਾਲ ਡਿਸਕਸ ਕਰਦੇ ਹਾਂ, ਫਿਰ ਉਸਨੂੰ ਪੂਰਾ ਟ੍ਰੀਟਮੈਂਟ ਦਿੱਤਾ ਜਾਂਦਾ ਹੈ, ਔਰ ਇਹੀ ਇੱਕ ਹੋਪ ਹੁੰਦੀ ਹੈ ਕਿ ਅਸੀਂ ਉਸਨੂੰ ਬਿਲਕੁਲ ਠੀਕ ਕਰੀਏ। ਥੈਂਕ ਯੂ ਡਾਕਟਰ ਸਾਹਿਬ। ਥੈਂਕ ਯੂ।